ਅਤੇ ਕੁੱਕਰ ਬਾਸ ਪਿੰਡ ਪਾਤੇ ਆਉਂਦਾ ਹੈ ਪਿੰਡ ਪਹੁੰਚ ਗਿਆ ਉਹ ਸੁੱਚੇ ਦੀ ਪਰਜਾਈ ਵੀਰੋ ਦੇ ਉੱਤੇ ਮਿਹਰੀ ਅੱਖ ਰੱਖਦਾ ਹੈ ਵੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਬਾਦਸ਼ਾਹ ਉਹਦਾ ਬੰਦਾ ਸੀ ਜਦ ਇਹਨਾਂ ਦੇ ਮਿਲ ਦੀਆਂ ਗੱਲਾਂ ਕਰ ਕਰ ਹੋਣ ਲੱਗੀਆਂ ਤਾਂ ਵੀਰੋ ਦੇ ਘਰ ਵਾਲੇ ਨਰੈਣ ਸਿੰਘ ਨੇ ਵੀਰੋ ਨੂੰ ਬਹੁਤ ਸਮਝਾਇਆ ਪਰ ਵੀਰੋ ਨਾ ਟਲੀ ਅੰਤ ਵਿੱਚ ਦੁਖੀ ਹੋ ਕੇ ਨਰੈਣ ਸਿੰਘ ਨੇ ਇੱਕ ਖੱਤ ਆਪਣੇ ਛੋਟੇ ਵੀਰ ਸੁੱਚਾ ਸਿੰਘ ਨੂੰ ਲਿਖਿਆ ਖੱਤ ਪੜ ਕੇ ਸੂਰਮਾ ਦੰਦ ਪੀ ਕੇ ਰਹਿ ਗਿਆ ਅਤੇ ਲੰਮੀ ਛੁੱਟੀ ਲੈ ਕੇ ਬਾਸ ਪਿੰਡ ਪਰਤੇ ਆਇਆ ਪਿੰਡ ਪਹੁੰਚ ਗਿਆ ਉਸਨੇ ਪਿੰਡ ਦੇ ਕੁਝ ਸਿਆਣ ਤੇ ਸੱਚੇ ਬੰਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਭੇਜੇ ਪਰ ਕੁੱਕਰ ਨੇ ਉਸਦੇ ਭੇਜੇ ਸੁਨੇਹੇ ਦੀ ਕੋਈ ਪ੍ਰਵਾਹ ਨਾ ਕੀਤੀ ਇੱਕ ਦਿਨ ਦੀ ਗੱਲ ਹੈ ਪਿੰਡ ਦੇ ਵਿੱਚ ਇੱਕ ਗਵਾਂਤਰੀਆ